ਸਾਤਿਆਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂਐਸਟੀਵੀ ਮੈਬਰਨ ਕਾਨਮਾਨ ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ ਹੈ ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ ਹੋਰ ਮਹਿੰਗੀਆਂ ਹੋਣਗੀਆਂ ਕਨੇਡਾ ਤੋਂ ਭਾਰਤ ਦੀਆਂ ਹਵਾਈ ਟਿਕਟਾਂ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਤੇ ਯਾਤਰੀਆਂ ਦੀ ਗਿਣਤੀ ਹੋਈ ਦੁੱਗਣੀ ਭਾਰਤ ਵੱਲੋਂ ਚੀਨ ਵਿੱਚ ਮੈਡੀਕਲ ਸਿੱਖਿਆ ਦੇ ਚਾਹਵਾਨ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ ਆਕਾਸਾ 에ਅਰ ਨੇ ਚੇਨਈ ਤੋਂ ਸ਼ੁਰੂ ਕੀਤੀ ਪਹਿਲੀ ਕਮਰਸ਼ੀਅਲ ਉਡਾਣ ਨੈਟਵਰਕ ਦੇ ਵਿਸਥਾਰ ਦੀ ਦੱਸੀ ਪਲੈਨਿੰਗ ਅਮਰੀਕਾ ਚ 9/11 ਅਤਵਾਦੀ ਹਮਲੇ ਦੇ 21 ਸਾਲ ਹੋਏ ਪੂਰੇ ਦਹਿਲਾ ਉਠਿਆ ਸੀ ਦੇਸ਼ ਮਹਾਰਾਣੀ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਲ ਹੋਣਗੇ ਰਾਸ਼ਟਰਪਤੀ ਜੋ ਵਾਈਡਨ ਅਮਰੀਕਾ ਚ ਮੈਰੀਲੈਂਡ ਸੂਬੇ ਚ ਇੱਕ ਹੀ ਪਰਿਵਾਰ ਦੇ ਪੰਜ ਲੋਕ ਮਿਲੇ ਮ੍ਰਿਤਕ ਜਾਂਚ ਜਾਰੀ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ ਕੈਨੇਡਾ ਤੋਂ ਭਾਰਤ ਦਾ ਸਫ਼ਰ ਹੋਰ ਮਹਿੰਗਾ ਹੋ ਰਿਹਾ ਹੈ ਅਤੇ ਆਪਣੇ ਜੱਦੀ ਮੁਲਕ ਘੇੜਾ ਲਾਉਣ ਦੇ ਇੱਛਕ ਪ੍ਰਵਾਸੀਆਂ ਜਾਂ ਭਾਰਤ ਤੋਂ ਕੈਨੇਡਾ ਆ ਰਹੇ ਕੁਮਾਂਤਰੀ ਵਿਦਿਆਰਥੀਆਂ ਨੂੰ ਵਧੇ ਹੋਏ ਰੇਟਾਂ ਤੇ ਟਿਕਟਾਂ ਖਰੀਦਣੀਆਂ ਪੈਣਗੀਆਂ। ਹਵਾਈ ਸਫ਼ਰ ਮਹਿੰਗਾ ਹੋਣ ਪਿੱਛੇ ਮੁੱਖ ਕਾਰਨ ਕੈਨੇਡਾ ਵਿੱਚ ਲਾਗੂ ਨਵੇਂ ਨਿਯਮ ਦੱਸੇ ਜਾ ਰਹੇ ਨੇ ਜਿਨ੍ਹਾਂ ਤਹਿਤ ਫਲਾਈਟ ਰੱਦ ਹੋਣ ਦੀ ਸ਼ਰਤ ਵਿੱਚ 에ਅਰਲਾਈਨਜ਼ ਵਗੈਰ ਕੋਈ ਬਹਾਨਾ ਬਣਾਏ ਮੁਸਾਫਰਾਂ ਨੂੰ ਨਗਦ ਮੁਆਵਜ਼ਾ ਅਦਾ ਕਰਨ ਲਈ ਪਾਬੰਦੀਆਂ ਕਰ ਦਿੱਤੀਆਂ ਗਈਆਂ ਨੇ ਹਵਾਈ ਮੁਸਾਫਰਾਂ ਦੇ ਹੱਕਾਂ ਲਈ ਸਰਗਰਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਭਾਵੇਂ ਨਵੇਂ ਨਿਯਮਾਂ ਨਾਲ ਕੁਝ ਮੁਸਾਫਰਾਂ ਨੂੰ ਫਾਇਦਾ ਹੋਏਗਾ ਪਰ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਹਰ ਮੁਸਾਫਰ ਨੂੰ ਇਸ ਦੀ ਕੀਮਤ ਚੁਕਾਉਣੀ ਹੋਏਗੀ ਕੇਵਲ ਹਵਾਈ ਟਿਕਟਾਂ ਮਹਿੰਗੀਆਂ ਨਹੀਂ ਹੋਣਗੀਆਂ ਬਲਕਿ ਫਲਾਈਟ ਦੀ ਗਿਣਤੀ ਵੀ ਘਟੇਗੀ ਹੁਣ 에어ਲਾਈਨਜ਼ ਫਲਾਈਟ ਰੱਦ ਕਰਨ ਦਾ ਖਤਰਾ ਮੁੱਲ ਨਹੀਂ ਲੈ ਸਕਦੀਆਂ ਅਤੇ ਇਨ੍ਹਾਂ ਹਾਲਾਤਾਂ ਵਿੱਚ ਫਲਾਈਟਾਂ ਦੀ ਗਿਣਤੀ ਘਟਾਉਣਾ ਹੀ ਬਿਹਤਰ ਹੋਵੇਗਾ 에ਅਰ ਪੈਸੇਂਜਰਜ਼ ਰਾਈਟਸ ਦੇ ਬਾਨੀ ਅਤੇ ਪ੍ਰਦਾਨ ਗੈਬਰੋ ਨੇ ਕਿਹਾ ਕਿ ਨਵੇਂ ਨਿਯਮ ਹਵਾਈ ਮੁਸਾਫਰਾਂ ਵਾਸਤੇ ਫਾਇਦੇਮੰਦ ਨਹੀਂ ਬਲਕਿ ਨੁਕਸਾਨਦੇ ਸਾਬਤ ਹੋਣਗੇ ਕੋਵਿਡ-19 ਦੇ ਮਾਮਲਿਆਂ ਵਿੱਚ ਕਮੀ ਆਉਣ ਤੋਂ ਬਾਅਦ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਤੋਂ ਯਾਤਰੀਆਂ ਦੀ ਗਿਣਤੀ ਚ ਹੌਲੀ-ਹੌਲੀ ਵਾਧਾ ਹੋ ਰਿਹਾ ਸੀ ਪਰ ਅਗਸਤ 2022 ਵਿੱਚ ਯਾਤਰੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਦੇ ਸੀਈਓ ਰਾਕੇਸ਼ ਰੰਜਨ ਸਹਾਈ ਨੇ ਕਿਹਾ ਕਿ ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਵਿੱਚ ਤਿਉਹਾਰਾਂ ਦੇ ਸੀਜ਼ਨ ਵਿੱਚ ਯਾਤਰੀਆਂ ਦੀ ਗਿਣਤੀ ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਉਮੀਦ ਹੈ ਕਿ ਯਾਤਰੀਆਂ ਦੀ ਗਿਣਤੀ 3 ਲੱਖ ਦੇ ਕਰੀਬ ਪਹੁੰਚ ਜਾਏਗੀ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋ ਜਾਣਗੀਆਂ ਜਿਸ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਹੋਰ ਵਧੇਗੀ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਤੇ ਘਰੇਲੂ ਉਡਾਣਾਂ ਦੇ ਸੰਚਾਲਨ ਵਿੱਚ ਵੀ ਵਾਧਾ ਹੋਇਆ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਦੀ ਆਵਾਜਾਈ ਦੀ ਗੱਲ ਕਰੀਏ ਤਾਂ ਇੱਕ ਦਿਨ ਵਿੱਚ ਲਗਭਗ 72 ਉਡਾਣਾਂ ਲੈਣ ਹੁੰਦੀਆਂ ਨੇ ਅਤੇ ਉਡਾਣ ਭਰਤੀਆਂ ਨੇ ਐਨਏਏ ਨੇ ਦੋ ਅੰਤਰਰਾਸ਼ਟਰੀ ਉਡਾਣਾਂ ਵੀ ਉਡਾਣ ਭਰ ਰਹੀਆਂ ਨੇ 2021 ਵਿੱਚ ਯਾਤਰੀਆਂ ਦੀ ਘਾਟ ਕਾਰਨ ਦੋ ਉਡਾਣਾਂ ਵੀ ਰੱਦ ਕੀਤੀਆਂ ਗਈਆਂ ਸਨ ਭਾਰਤ ਨੇ ਚੀਨ ਵਿੱਚ ਮੈਡੀਕਲ ਪੜਾਈ ਕਰਨ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ ਇਸ ਵਿੱਚ ਉਨ੍ਹਾਂ ਘੱਟ ਪਾਸ ਫੀਸਦਾਰ ਉਥੋਂ ਦੀ ਭਾਸ਼ਾ ਪੌਂਟਗੁਆ ਦਾ ਗਿਆਨ ਲਾਜ਼ਮੀ ਅਤੇ ਭਾਰਤ ਵਿੱਚ ਅਭਿਆਸ ਕਰਨ ਲਈ ਯੋਗ ਹੋਣ ਦੇ ਨਿਯਮਾਂ ਤੋਂ ਸਾਵਧਾਨ ਕੀਤਾ ਗਿਆ ਇਹ ਐਡਵਾਈਜ਼ਰੀ ਇਸ ਲਈ ਜਾਰੀ ਕੀਤੀ ਗਈ ਹੈ ਕਿਉਂਕਿ ਕੋਰੋਨਾ ਕਾਰਨ ਪੈਕਿੰਗ ਵੱਲੋਂ ਵੀਜ਼ਿਆਂ ਤੇ ਰੋਕ ਲਗਾਉਣ ਕਾਰਨ ਚੀਨ ਦੇ ਮੈਡੀਕਲ ਕਾਲਜਾਂ ਵਿੱਚ ਪੜ੍ਹਦੇ ਹਜ਼ਾਰਾਂ ਬੱਚੇ ਇਸ ਸਮੇਂ ਆਪਣੇ ਘਰਾਂ ਵਿੱਚ ਫਸੇ ਹੋਏ ਨੇ ਸਰਕਾਰੀ ਅਨੁਮਾਨ ਦੇ ਅਨੁਸਾਰ ਚੀਨ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਭਾਰਤ ਦੇ ਕਰੀਬ 23000 ਵਿਦਿਆਰਥੀ ਸਿੱਖਿਆ ਲੈ ਰਹੇ ਨੇ ਇਨ੍ਹਾਂ ਵਿੱਚੋਂ ਮੈਡੀਕਲ ਸਿੱਖਿਆ ਲੈਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ ਕੋਵਿਡ ਕਾਰਨ ਲਗਾਈਆਂ ਪਾਬੰਦੀਆਂ ਦੇ 2 ਸਾਲ ਬਾਅਦ ਹੁਣ ਚੀਨ ਨੇ ਕੁਝ ਚੁਣੇ ਹੋਏ ਵਿਦਿਆਰਥੀਆਂ ਨੂੰ ਵਾਪਸੀ ਲਈ ਵੀਜ਼ਾ ਦੇਣਾ ਸ਼ੁਰੂ ਕੀਤਾ ਹੈ ਇਨ੍ਹਾਂ ਵਿੱਚੋਂ ਬਹੁਤੇ ਵਿਦਿਆਰਥੀਆਂ ਨੂੰ ਇਹ ਵੀ ਪਰੇਸ਼ਾਨੀ ਆ ਰਹੀ ਹੈ ਕਿ ਦੋਵੇਂ ਦੇਸ਼ਾਂ ਦਰਮਿਆਨ ਸਿੱਧੀਆਂ ਉਡਾਣਾਂ ਨਹੀਂ ਹਨ ਇਸ ਦੇ ਦੌਰਾਨ ਚੀਨ ਦੇ ਮੈਡੀਕਲ ਕਾਲਜਾਂ ਨੇ ਭਾਰਤ ਸਣੇ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਦਾਖਲੇ ਸ਼ੁਰੂ ਕਰ ਦਿੱਤੇ ਨੇ ਇਸੇ ਸੰਬੰਧ ਵਿੱਚ ਪੇਕਿੰਗ ਸਥਿਤ ਭਾਰਤੀ ਦੂਤਵਾਲ ਨੇ ਵੀਰਵਾਰ ਨੂੰ ਚੀਨ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਇਸ ਵਿੱਚ ਚੀਨ ਵਿੱਚ ਪੜ੍ਹਦੇ ਭਾਰਤੀ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਆਧਾਰ ਤੇ ਭਾਰਤ ਵਿੱਚ ਪ੍ਰੈਕਟਿਸ ਕਰਨ 'ਚ ਆ ਰਹੀਆਂ ਦਿੱਕਤਾਂ ਅਤੇ ਉਸਦੇ ਯੋਗ ਸੰਬੰਧੀ ਇਸਲਾਹ ਜਾਰੀ ਕੀਤੀ ਗਈ ਹੈ। ਇਸ ਵਿੱਚ ਅਹਿਮ ਗੱਲ ਹੈ ਕਿ ਸਾਲ 2015 ਤੋਂ 2021 ਤੱਕ ਭਾਰਤ ਵਿੱਚ ਪ੍ਰੈਕਟਿਸ ਕਰਨ ਲਈ ਕੇਵਲ 16% ਵਿਦਿਆਰਥੀ ਹੀ ਟੈਸਟ ਪਾਸ ਕਰ ਸਕੇ ਸਨ। ਭਾਰਤ ਦੀ ਸਭ ਤੋਂ ਨਵੀਂ 에ਅਰਲਾਈਨ ਆਕਾਸ਼ਾ 에ਅਰ ਨੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ ਉਡਾਣਾ ਸ਼ੁਰੂ ਕਰ ਦਿੱਤੀਆਂ ਨੇ। ਸ਼ਹਿਰ ਕੰਪਨੀ ਦੇ ਨੈਟਵਰਕ ਵਿੱਚ ਪੰਜਵੇਂ ਨੰਬਰ ਤੇ ਹੈ ਆਕਾਸ਼ਾ 에ਅਰ ਦੀ ਚਨਾਈ ਤੋਂ ਬੈਂਗਲੁਰੂ ਤੱਕ ਆਪਣੀ ਪਹਿਲੀ ਵਪਾਰਕ ਉਡਾਣ ਹੋएगी ਅਤੇ ਦੋ ਸ਼ਹਿਰਾਂ ਵਿਚਕਾਰ ਹਰ ਦਿਸ਼ਾ ਵਿੱਚ ਰੋਜ਼ਾਨਾ ਦੋ ਉਡਾਣਾਂ ਦਾ ਸੰਚਾਲਨ ਕਰੇਗੀ 에ਅਰਲਾਈਨ 15 ਸਤੰਬਰ 2022 ਤੋਂ ਬੰਬਈ ਚਨਈ ਰੂਟ ਤੇ ਇੱਕ ਵਾਧੂ 에ਅਰਲਾਈਨ ਸ਼ੁਰੂ ਕਰੇਗੀ ਚਨਈ ਵਿੱਚ ਆਪਣੇ ਸੰਚਾਲਨ ਦਾ ਵਿਸਤਾਰ ਕਰੇਗੀ ਇਸ ਦੇ ਨਾਲ ਹੀ 에ਅਰਲਾਈਨ ਨੇ 26 ਸਤੰਬਰ 2022 ਨੂੰ ਚੇਨਈ ਬੈਂਗਲੁਰੂ ਰੂਟ ਤੇ ਚੇਨਈ ਕੋਚੀ ਰੂਟ ਤੇ ਇੱਕ ਵਾਧੂ ਉਡਾਣ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਤੇ ਅੱਜ ਦੇ ਦਿਨ ਹੀ 11 ਸਤੰਬਰ ਨੂੰ ਜਾਨਲੇਵਾਤ ਵੱਦੀ ਹਮਲਾ ਹੋਇਆ ਸੀ ਅੱਤਵਾਦੀਆਂ ਨੇ ਨਿਊਯਾਰਕ ਦੇ ਵੋਲਡ ਟ੍ਰੇਡ ਸੈਂਟਰ ਨੂੰ ਨਿਸ਼ਾਨਾ ਬਣਾਇਆ ਇਸ ਹਮਲੇ 'ਚ ਕਰੀਬ 3000 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਮਲੇ ਨਾਲ ਅਮਰੀਕਾ ਹੀ ਨਹੀਂ ਪੂਰੀ ਦੁਨੀਆ ਦਹਿਲ ਗਈ ਸੀ। ਅਮਰੀਕਾ ਤੇ ਹੋਏ ਇਸ ਹਮਲੇ ਦੇ 21 ਸਾਲ ਪੂਰੇ ਹੋ ਚੁੱਕੇ ਨੇ। ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਅਤੇ ফার্স্ট ਲੇਡੀ ਜਿਲ ਵਾਈਡਨ ਅਤੇ ਉਪਰਾਸ਼ਟਰਪਤੀ ਕਮਲਾ ਹੈਰਿਸ 9-11 ਦੇ ਹਮਲਿਆਂ ਦੇ ਪੀੜਤਾਂ ਦੇ ਸਨਮਾਨ ਅਤੇ ਯਾਦ ਕਰਨ ਲਈ ਦੇਸ਼ ਭਰ ਦੀ ਯਾਤਰਾ ਕਰਨਗੇ। ਅਤਵਾਦੀਆਂ ਵੱਲੋਂ ਕੀਤੇ ਗਏ ਇਨ੍ਹਾਂ 4 ਹਮਲਿਆਂ ਵਿੱਚ 2977 ਲੋਕ ਮਾਰੇ ਗਏ ਸਨ। ਇਨਾ ਵਿੱਚ 19 ਹਾਈਜੈਕਰ ਅਤਵਾਦੀ ਵੀ ਸ਼ਾਮਲ ਨੇ ਮਰਨ ਵਾਲਿਆਂ ਵਿੱਚ ਚਾਰ ਜਹਾਜ਼ਾਂ ਵਿੱਚ ਸਵਾਰ 246 ਲੋਕ ਵਲਡ ਟ੍ਰੇਡ ਸੈਂਟਰ ਦੇ ਅੰਦਰ ਅਤੇ ਆਲੇ-ਦੁਆਲੇ 2606 ਅਤੇ ਪੈਂਟਾਗਨ ਵਿੱਚ 125 ਲੋਕ ਸ਼ਾਮਲ ਸਨ ਮਾਰੇ ਗਏ ਜ਼ਿਆਦਾਤਰ ਨਾਗਰਿਕ ਸਨ ਇਸ ਦੇ ਨਾਲ ਹੀ ਰਾਹਤ ਅਤੇ ਬਚਾਅ ਕਾਰਜਾਂ ਦੌਰਾਨ 344 ਬਚਾਅ ਕਰਮਚਾਰੀ 71 ਪੁਲਿਸ ਕਰਮਚਾਰੀ ਅਤੇ 55 ਫੌਜੀ ਜਵਾਨ ਵੀ ਮਾਰੇ ਗਏ ਇਹ 7 ਅਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ ਓਬਾਮਾ ਮਿਲ ਲਾਦੀਨ ਨੇ 19 ਅਤਵਾਦੀਆਂ ਨੂੰ ਸ਼ਾਮਲ ਕੀਤਾ ਸੀ ਇਹਨਾਂ ਅਤਵਾਦੀਆਂ ਨੇ ਅਮਰੀਕੀ ਜਹਾਜ਼ਾਂ ਨੂੰ ਹਾਈਜੈਕ ਕੀਤਾ ਤੇ ਫਿਰ ਵੌਲਡ ਟ੍ਰੇਡ ਸੈਂਟਰ ਤੇ ਕ੍ਰੈਸ਼ ਕਰ ਦਿੱਤਾ ਦੋਵੇਂ ਇਮਾਰਤਾਂ ਵਿੱਚ ਦੋ ਵੱਖ-ਵੱਖ ਜਹਾਜ਼ ਕ੍ਰੈਸ਼ ਹੋਣ ਕਾਰਨ ਹਜ਼ਾਰਾਂ ਲੋਕ ਮਾਰੇ ਗਏ ਇਸ ਦੇ ਨਾਲ ਹੀ ਸੈਂਕੜੇ ਲੋਕ ਗੰਭੀਰ ਜ਼ਖਮੀ ਹੋ ਗਏ ਅਮਰੀਕਾ ਵਿੱਚ 9 11 ਦੇ ਅਤਵਾਦੀ ਹਮਲੇ ਨੂੰ 21 ਸਾਲ ਪੂਰੇ ਹੋਏ ਨੇ ਇਸ ਦਿਨ ਨੂੰ ਅਮਰੀਕਾ ਲਈ ਕਾਲਾ ਦਿਨ ਕਿਹਾ ਜਾ ਸਕਦਾ ਹੈ ਇਹ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਤਵਾਦੀ ਹਮਲਾ ਸੀ ਜੋ ਅਲ ਕਾਇਦਾ ਦੁਆਰਾ ਕੀਤਾ ਗਿਆ ਸੀ ਇਸ ਦੇ ਨਾਲ ਹੀ ਅਫਗਾਨਿਸਤਾਨ ਵਿੱਚ ਬੈਠ ਕੇ ਓਸਾਮਾ ਬਿੰਲਾਦੇਨ ਨੇ ਇਸ ਦੀ ਰਚਨਾ ਕੀਤੀ ਸੀ 11 ਸਤੰਬਰ 2001 ਦੀ ਸਵੇਰ ਨੂੰ ਅਲ ਕਾਇਦਾ ਦੇ ਅਤਵਾਦੀਆਂ ਨੇ ਚਾਰ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਉਹਨਾਂ ਦਾ ਮਕਸਦ ਵੱਖ-ਵੱਖ ਇਤਿਹਾਸਕ ਸਥਾਨਾਂ ਤੇ ਜਹਾਜ਼ ਨੂੰ ਕ੍ਰੈਸ਼ ਕਰਨਾ ਸੀ ਅਮਰੀਕਾ ਦੇ ਰਾਸ਼ਟਰਪਤੀ ਜੋ ਵਾਈਡਨ ਮਹਾਰਾਣੀ ਅਲੀਜ਼ਾਬੈਥ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਲ ਹੋਣਗੇ। ohio ਵਿਖੇ ਇੱਕ ਕੰਪਿਊਟਰ ਚਿਪ ਫੈਕਟਰੀ 'ਚ ਪੁੱਜੇ। ਵਾਈਡਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਾਰਾਣੀ ਅਲੀਜ਼ਾਬੈਥ ਨੂੰ ਮਹਾਨ ਔਰਤ ਘਰਾੜ ਦਿੱਤਾ ਅਤੇ ਕਿਹਾ ਕਿ ਉਹ ਅੰਤਮ ਸੰਸਕਾਰ ਵਿੱਚ ਜ਼ਰੂਰ ਸ਼ਾਮਲ ਹੋਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਫਲਹਾਲ ਉਹ ਬਰਤਾਨੀਆਂ ਦੇ ਨਵੇਂ ਬਾਦਸ਼ਾਹ ਚਾਰਲਸ ਨੂੰ ਫੋਨ ਕਰਕੇ ਦੁੱਖ ਸਾਂਝਾ ਨਹੀਂ ਕਰ ਸਕੇ। ਇਸ ਦੌਰਾਨ ਵਾਈਟ ਹਾਊਸ ਦੇ ਅਧਿਕਾਰੀਆਂ ਵੱਲੋਂ ਵਾਈਡਨ ਦੀ ਯੂਕੇ ਫੇਰੀ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਜੋ ਵਾਈਡਨ ਦੇ ਲੰਡਨ ਪਹੁੰਚਣ ਦੇ ਸਮੇਂ ਬਾਰੇ ਬਾਅਦ ਵਿੱਚ ਐਲਾਨ ਕੀਤਾ ਜਾਏਗਾ। ਉਨ੍ਹਾਂ ਨਾਲ ਇੱਕ ਅਧਿਕਾਰਤ ਬਫਦ ਵੀ ਜਾ ਰਿਹਾ ਹੈ। ਮੈਰੀਲੈਂਡ ਸੂਬੇ ਦੀ ਸੇਸਲ ਕਾਉਂਟੀ ਵਿਖੇ ਬੀਤੇ ਦਿਨ ਐਲਕ ਮਿਲਸ ਮੈਰੀਲੈਂਡ ਵਿੱਚ ਇੱਕ ਘਰ ਵਿੱਚ ਇੱਕ ਪਰਿਵਾਰ ਦੇ 5 ਲੋਕ ਮ੍ਰਿਤਕ ਪਾਏ ਗਏ ਯਾਨੀ ਇੱਕੋ ਘਰ ਦੇ ਵਿੱਚ ਇੱਕੋ ਹੀ ਪਰਿਵਾਰ ਦੇ 5 ਲੋਕ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਪੂਰੇ ਘਰ ਅਤੇ ਗੈਰੇਜ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਅਤੇ ਉਹਨਾਂ ਦੇ ਤਿੰਨ ਬੱਚਿਆਂ ਨੂੰ ਘਾਤਕ ਗੋਲੀਆਂ ਦੇ ਜ਼ਖਮਾਂ ਨਾਲ ਮ੍ਰਿਤਕ ਪਾਇਆ ਪੁਲਿਸ ਦੇ ਅਨੁਸਾਰ ਕਰਦੇ ਗਿਰਾਜ ਕੋਲ ਮਰੇ ਹੋਏ ਇੱਕ ਵਿਅਕਤੀ ਦੇ ਕੋਲ ਇੱਕ ਅਰਧ ਆਟੋਮੈਟਿਕ ਹੈਂਡਗਨ ਪਈ ਮਿਲੀ ਹੈ ਮਾਰੇ ਗਏ ਲੋਕਾਂ ਦੀ ਪਛਾਣ ਮਾਰਕਸ ਐਡਵਰਡ ਮਿਲਗਨ ਤਾਰਾ ਮਿਲਗਨ ਤਰੇਸਾ ਮਿਲਗਨ ਨੂਰਾ ਮਿਲਗਨ ਫਨ ਮਿਲਗਨ ਵਜੋਂ ਹੋਈ ਹੈ ਮਾਤਾ ਪਿਤਾ ਸਮੇਤ ਉਹਨਾਂ ਦੇ ਤਿੰਨ ਬੱਚੇ ਕੋਈ ਪਰਿਵਾਰ ਦੇ ਪੰਜ ਮੈਂਬਰ ਨੇ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਸਵੇਰੇ 9:19 ਹੈਬਰਨ ਕੋਰਟ ਤੇ ਕਿਸੇ ਨੇ ਫੋਨ ਕਾਲ ਕਰਕੇ ਘਰ ਬੁਲਾਇਆ ਜਿਸ ਵਿੱਚ ਕਿਹਾ ਗਿਆ ਸੀ ਕਿ ਤਿੰਨ ਬੱਚਿਆਂ ਤੇ ਇੱਕ ਔਰਤ ਨੂੰ ਗੋਲੀ ਮਾਰ ਦਿੱਤੀ ਗਈ ਸੀ ਜਦੋਂ ਪੁਲਿਸ 10 ਮਿੰਟ ਬਾਅਦ ਉੱਥੇ ਪਹੁੰਚੀ ਤਾਂ ਉਹਨਾਂ ਨੂੰ ਕਾਰ ਵਿੱਚ ਪੰਜ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਉੱਥੇ ਘਰ ਜਿੱਥੇ ਘਟਨਾ ਵਾਪਰੀ ਹੈ ਇਹ ਹੈਬਰਨ ਕੋਰਟ ਦੇ ਅੰਤ ਵਿੱਚ ਸਥਿਤ ਹੈ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਸੈਸਲ ਕਾਉਂਟੀ ਸਾਰਫ ਨੇ ਇਸ ਦਾ ਅਜੇ ਖੁਲਾਸਾ ਨਹੀਂ ਕੀਤਾ ਕਿ ਉਹਨਾਂ ਪੀੜਤਾਂ ਵਿੱਚੋਂ ਕੋਈ ਇੱਕ ਕਾਤਲ ਹੈ ਪਰ ਇਹ ਕਿਹਾ ਜਾ ਸਕਦਾ ਹੈ ਕਿ ਜਨਤਾ ਲਈ ਮੌਜੂਦਾ ਕੋਈ ਵੀ ਖਤਰਾ ਨਹੀਂ ਹੈ ਪੁਲਿਸ ਵੱਲੋਂ ਮੌਤਾਂ ਬਾਰੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਲਈ ਯਤਨ ਵੀ ਕੀਤੇ ਜਾ ਰਹੇ ਨੇ ਭਾਰਤੀ ਰੁਪਇਆ ਜੋ ਕੈਲੰਡਰ ਸਾਲ 2022 ਦੀ ਸ਼ੁਰੂਆਤ ਤੋਂ ਲਗਾਤਾਰ ਡਿੱਗ ਰਿਹਾ ਸੀ ਅਤੇ ਕਈ ਵਾਰ ਹੇਠਲੇ ਪੱਧਰ ਤੇ ਛੂ ਗਿਆ ਸੀ ਦਾ ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੇ ਵਿਦੇਸ਼ੀ ਕਰੰਸੀ ਭੰਡਾਰ ਨੂੰ ਖਰਚ ਕਰਕੇ ਕਈ ਵਾਰ ਸਮਝਦਾਰੀ ਨਾਲ ਬਚਾ ਕੀਤਾ ਐਚਡੀਐਫਸੀ ਸਿਕਿਉਰिटीज ਦੇ ਰਿਸਰਚ ਐਨਾਲਿਸਟ ਦਲੀਪ ਪਰਮਾਰ ਨੇ ਕਿਹਾ ਕੀ ਕੇਂਦਰੀ ਬੈਂਕ ਵੱਲੋਂ ਡਾਲਰ ਦੀ ਮੰਗ ਸਪਲਾਈ ਦੇ ਪਾੜੇ ਨੂੰ ਭਰਨ ਨਾਲ ਵਿਦੇਸ਼ੀ ਕਰੰਸੀ ਭੰਡਾਰ ਵਿੱਚ ਗਰਾਵਟ ਦੇ ਮੱਦੇ ਨਜ਼ਰ ਆਰਬੀਆਈ ਨੇ ਪਿਛਲੇ ਕੁਝ ਸਾਲਾਂ ਚ ਇਨਫਲੋ ਅਤੇ ਆਊਟਫਲੋ ਬਹੁਤ ਵਧੀਆ ਢੰਗ ਨਾਲ ਮੈਨੇਜ ਕੀਤਾ ਹੈ ਐਲਕੇਪੀ ਸਿਕਿਉਰिटीज ਦੇ ਵੀਪੀ ਰਿਸਰਚ ਐਨਾਲਿਸਟ ਜਤਿੰਦਰ ત્રिवेदी ਨੇ ਕਿਹਾ ਆਊਟਫਲੋ ਗਲੋਬਲ ਰਿਹਾ ਹੈ ਕਿਉਂਕਿ ਸਾਰੀਆਂ ਜ਼ੋਖਮ ਭਰੀਆਂ ਜਾਇਦਾਦਾਂ ਚ ਇਕਵਿਟੀ ਸਮੇਤ ਵਿਕਵਾਲੀ ਵੇਖੀ ਗਈ ਤਾਂਤੂ ਖੇਤਰ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਕਿਉਂਕਿ ਅਮਰੀਕਾ ਚ ਮੰਦੀ ਦੇ ਸੰਕੇਤ ਦੇ ਨਾਲ ਨਾਲ ਕਾਗਜ਼ ਤੇ ਮੰਦੀ ਨਾਲ ਅਮਰੀਕਾ ਚ ਬੈਕ ਟੂ ਬੈਕ ਕਮ ਜੀ ਡੀ ਪੀ ਅੰਕੜਿਆਂ ਨੇ ਸਮੁੱਚੇ ਨਕਦੀ ਪਰਵਾਹ ਨੂੰ ਡਾਲਰ ਚ ਤਬਦੀਲ ਕਰ ਦਿੱਤਾ ਹੈ ਮੰਦੀ ਦੇ ਸਮੇਂ ਚ ਉੱਚੇ ਮਹਿੰਗਾਈ ਦੇ ਅੰਕੜਿਆਂ ਨੂੰ ਹਰਾਉਣ ਲਈ ਡਾਲਰ ਸਭ ਤੋਂ ਵਧੀਆ ਦਾ ਹੈ ਤ੍ਰिवेदी ਨੇ ਕਿਹਾ ਕਿ ਸਤੋਂ ਪਿਛਲੇ ਕੁਝ ਮਹੀਨਿਆਂ ਚ ਐਫ ਪੀ ਆਈ ਐਫ ਆਈ ਵਲੋਂ ਆਊਟਫਲੋ ਹੋਇਆ ਜਿਸ ਕਾਰਨ ਰੁਪਈਆ ਕਮਜ਼ੋਰ ਹੋਇਆ ਪਰ ਚਾਲੂ ਬੀਤੀ ਸਾਲ ਦੇ ਮੁਕਾਬਲੇ ਰੁਪਏ ਚ ਕਰਵਟ ਬਹੁਤ ਘਟ ਰਹੀ ਹੈ ਕਿਉਂਕਿ ਰੁਪਏ ਚ 5% ਦੀ ਯੂਰੋ ਚ 10% ਦੀ ਪੌਂਡ ਦੀ ਗਿਰਾਵਟ ਦੇਖੀ ਗਈ ਹੈ ਅਮਰੀਕੀ ਡਾਲਰ ਅਤੇ ਜਾਪਾਨੀ ਯੇਨ ਚ 15% ਦਾ ਵਾਧਾ ਹੋਇਆ ਪਿਛਲੇ ਕੁਝ ਮਹੀਨਿਆਂ ਚ ਰੁਪਏ ਚ ਕਈ ਮੌਕਿਆਂ ਤੇ ਗਿਰਾਵਟ ਦਰਜ ਕੀਤੀ ਗਈ 29 ਅਗਸਤ ਨੂੰ ਇਹ ਅਮਰੀਕੀ ਕਰੰਸੀ ਅਤੇ ਕੱਚੇ ਤੇਲ ਦੀਆਂ ਮਜ਼ਬੂਤ ਕੀਮਤਾਂ ਕਾਰਨ ਡਾਲਰ ਦੇ ਮੁਕਾਬਲੇ 8.15 ਦੇ ਸਭ ਤੋਂ ਹਿੰਟਲੇ ਪੱਧਰ ਤੇ ਪਹੁੰਚ ਗਿਆ ਸੀ ਰੁਪਏ ਚ ਗਿਰਾਵਟ ਘਰੇਲੂ ਚਿੰਤਾਵਾਂ ਦੀ ਬਜਾਏ ਗਲੋਬਲ ਚਿੰਤਾਵਾਂ ਦਾ ਕਾਰਨ ਹੈ ਵਿਸ਼ਵ ਪੱਧਰ ਤੇ ਮੰਦੀ ਦੀ ਚਿੰਤਾ ਸੀ ਗਲੋਬਲ ਕੇਂਦਰੀ ਬੈਂਕ ਦੀਆਂ ਨੀਤੀਆਂ ਅਤੇ ਸੁਰੱਖਿਅਤ ਪਨਾਹਗਾਹਾਂ ਵੱਲ ਵਧਣ ਦੇ ਕਾਰਨ ਜ਼ਿਆਦਾਤਰ ਕਰੰਸੀਆਂ ਦੇ ਮੁਕਾਬਲੇ ਡਾਲਰ ਨੂੰ ਉੱਚਾ ਕਰ ਦਿੱਤਾ ਅਮਰੀਕਾ ਨੂੰ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਦੇ ਸੀਈਓ ਐਲਨ ਮਸਕ ਨੇ ਟਵਿੱਟਰ ਸੌਦਾ ਰੱਦ ਕਰਨ ਲਈ ਤੀਜੀ ਵਾਰ ਨੋਟਿਸ ਭੇਜਿਆ ਅਲਨ ਮਸਕ ਨੇ ਮੈਰੀ ਵਿੱਚ ਟਵਿੱਟਰ ਖਰੀਦਣ ਲਈ 44 ਅਰਬ ਡਾਲਰ ਦਾ ਸੌਦਾ ਕੀਤਾ ਸੀ ਯੂਐਸ ਸਿਕਿਉਰਿਟੀਆਂ ਐਂਡ ਐਕਸਚੇਂਜ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤੇ ਗਏ ਤਾਜ਼ਾ ਨੋਟਿਸ ਵਿੱਚ ਮਾਸਕ ਦੀ ਕਾਨੂੰਨੀ ਟੀਮ ਨੇ ਸਾਬਕਾ ਸੁਰੱਖਿਆ ਮੁਖੀ ਤੇ ਵਿਸਲ ਬਲੋਅਰ ਪੀਟਰ ਮੂਡੇਗੇਜ਼ ਉਤੇ ਕੇ ਨੂੰ ਟਵਿੱਟਰ ਵੱਲੋਂ ਭੁਗਤਾਨ ਕਰਨ ਦਾ ਹਵਾਲਾ ਦਿੱਤਾ ਗਿਆ ਨੋਟਿਸ ਮੁਤਾਬਕ 28 ਜੂਨ 2022 ਨੂੰ ਟਵਿੱਟਰ ਨੇ ਪੀਟਰ ਨਾਲ ਇੱਕ ਸਮਝੌਤਾ ਕੀਤਾ ਜਿਸ ਦੇ ਤਹਿਤ ਟਵਿੱਟਰ ਨੇ ਦੇ ਟੋਕੇ ਤੇ ਉਹਨਾਂ ਦੇ ਵਕੀਲ ਨੂੰ ਕੁੱਲ 7.75 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਸੀ ਮਸਕ ਦੇ ਵਕੀਲਾਂ ਨੇ ਇਸ ਸੌਦੇ ਨੂੰ ਖਤਮ ਕਰਨ ਦਾ ਇੱਕ ਹੋਰ ਕਾਰਨ ਦੱਸਿਆ ਡੇਲਾਵੇਅਰ ਦੀ ਚਾਂਸਰੀ ਕੋਰਟ ਨੇ ਮਸਕ ਦੇ ਟਵਿੱਟਰ ਸੌਦੇ ਦਾ ਪ੍ਰੀਖਣ ਸ਼ੁਰੂ ਕਰਨ ਲਈ 17 ਅਕਤੂਬਰ ਦੀ ਤਾਰੀਖ ਨਿਰਧਾਰਿਤ ਕੀਤੀ ਹੈ ਟੈਸਲਾ ਦੇ ਸੀਈਓ ਨੇ ਜ਼ਟੇਕੋ ਦੀ ਗਵਾਹੀ ਦਾ ਹਵਾਲਾ ਦਿੰਦਿਆਂ ਅਦਾਲਤ ਨੂੰ ਹੋਰ ਸਮਾਂ ਦੇਣ ਦੀ ਮੰਗ ਕੀਤੀ ਹੈ ਹਾਲਾਂਕਿ ਹਾਲੇ ਇਸ ਨੋਟਿਸ ਤੇ ਟਵਿੱਟਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਨਿਊਯਾਰਕ ਦੇ ਗਵਰਨਰ ਨੇ ਪੋਲੀਓ ਨੂੰ ਲੈ ਕੇ ਸਟੇਟ ਐਮਰਜੈਂਸੀ ਦਾ ਐਲਾਨ ਕੀਤਾ ਕਿਉਂਕਿ ਸਬੂਤ ਸਾਹਮਣੇ ਆਉਂਦੇ ਨੇ ਕਿ ਵਾਇਰਸ ਪੂਰੇ ਰਾਜ ਵਿੱਚ ਫੈਲ ਚੁੱਕਾ ਹੈ ਔਰ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਊਯਾਰਕ ਸਿਟੀ ਅਤੇ ਨਾਲ ਲੱਗਦੀਆਂ ਚਾਰ ਕਾਉਂਟੀਆਂ 'ਚ ਗੰਦੇ ਪਾਣੀ ਦੇ ਨਮੂਨਿਆਂ 'ਚ ਪੋਲੀਓ ਵਾਇਰਸ ਸਕਾਰਾਤਮਕ ਪਾਇਆ ਗਿਆ ਜੋ ਕਿ ਅਧਨੰਗ ਦਾ ਕਾਰਨ ਬਣ ਸਕਦਾ ਹੈ ਹਾਲਾਂਕਿ ਹੁਣ ਤੱਕ ਇਸ ਕੇਸ ਦੀ ਪੁਸ਼ਟੀ ਹੋਈ ਹੈ ਇਹ ਨੇੜਲੇ ਦਹਾਕੇ 'ਚ ਦੇਸ਼ 'ਚ ਪਹਿਲਾ ਕੇਸ ਹੈ 1955 'ਚ ਸ਼ੁਰੂ ਹੋਏ ਟੀਕਾਕਰਨ ਨਾਲ ਪੋਲੀਓ ਨੂੰ ਅਮਰੀਕਾ 'ਚੋ ਕਾਫੀ ਹੱਦ ਤੱਕ ਸਮਾਪਤ ਕਰ ਦਿੱਤਾ ਗਿਆ ਸੀ ਅਤੇ 1979 ਚ ਅਮਰੀਕਾ ਨੂੰ ਪੋਲੀਓ ਮੁਕਤ ਐਲਾਨ ਦਿੱਤਾ ਗਿਆ ਪਰ ਨਿਊਯਾਰਕ ਦੇ ਅਧਿਕਾਰੀਆਂ ਅਨੁਸਾਰ ਰਾਜ ਦੇ ਕਈ ਹਿੱਸਿਆਂ 'ਚ ਟੀਕਾ ਕਰਨ ਦਾ ਦਰ ਬਹੁਤ ਘੱਟ ਹੈ ਬੀਤੇ ਦਿਨ ਨੂੰ ਐਲਾਨੀ ਗਏ ਐਮਰਜੈਂਸੀ ਦਾ ਉਦੇਸ਼ ਰਾਜ ਵਿੱਚ ਟੀਕਾ ਕਰਨ ਦੀ ਦਰ ਵਧਾਉਣਾ ਹੈ ਸਿਰੇਪੇਰੇ ਪੋਲੀਵਰ ਨੇ ਵੋਟਾਂ ਹਾਸਲ ਕਰਨ ਤੋਂ ਬਾਅਦ ਉਪਜੇਤੂ ਜੀਨ ਚਾਰ ਸੇਟ ਨੂੰ ਪਛਾੜ ਦਿੱਤਾ ਸ਼੍ਰੀ ਪੋਲੀਵਰ ਪਿਛਲੇ 7 ਮਹੀਨਿਆਂ ਤੋਂ ਮਹਿੰਮ ਚਲਾ ਰਿਹਾ ਹੈ ਸਾਨਾਂ ਤੇ ਵੱਡੇ ਪੱਧਰ ਤੇ ਸਭ ਤੋਂ ਅੱਗੇ ਉਹਨਾਂ ਦਾ ਨਾਮ ਜਾਣਿਆ ਜਾਂਦਾ ਸੀ ਪਾਰਟੀ ਦੇ ਵੋਟਰਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸਪਸ਼ਟ ਸਨ ਉਹ ਆਪਣਾ ਅਗਲਾ ਨੇਤਾ ਕਿਸ਼ਨੂ ਚਾਹੁੰਦੇ ਨੇ ਮੇਲਿੰਗ ਬੈਲਟ ਚੋਣਾਂ ਦੇ ਨਤੀਜਿਆਂ ਦਾ ਐਲਾਨ ਸ਼ਨੀਵਾਰ ਰਾਤ ਨੂੰ ਡਾਊਨਟਾਊਨ ਉਟਾਵਾ ਵਿੱਚ ਇੱਕ ਸਮਾਗਮ ਚ ਕੀਤਾ ਗਿਆ ਆਪਣੇ ਭਾਸ਼ਣ ਵਿੱਚ ਉਹਨਾਂ ਨੇ ਕਿਹਾ ਉਹਨਾਂ ਨੂੰ ਇੱਕ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ ਜੋ ਉਹਨਾਂ ਨੂੰ ਉਮੀਦ ਪ੍ਰਦਾਨ ਕਰਦਾ ਹੈ ਉਹ ਇੱਕ ਕਾਰ ਇੱਕ ਕਾਰ ਖਰੀਦਣ ਉਹਨਾਂ ਦੇ ਬਿੱਲ ਦਾ ਭੁਗਤਾਨ ਕਰਨ ਭੋਜਨ ਦਾ ਖਰਚਾ ਸੁਰੱਖਿਅਤ ਰਿਟਾਇਰਮੈਂਟ ਜੇਕਰ ਉਹ ਸਖਤ ਮਿਹਨਤ ਕਰਦੇ ਨੇ ਤਾਂ ਇਹਨਾਂ ਸਭ ਦੀ ਪ੍ਰਾਪਤੀ ਹੋਏਗੀ ਉਹਨਾਂ ਨੇ ਅਜਿਹੇ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ ਉਸ ਉਮੀਦ ਨੂੰ ਬਹਾਲ ਕਰੇ ਤੇ ਮੈਂ ਉਹ ਪ੍ਰਧਾਨ ਮੰਤਰੀ ਹੋਵਾਂਗਾ ਇਸ ਤੋਂ ਪਹਿਲਾਂ ਪੋਲੀਵਰ ਨੂੰ ਪਾਰਟੀ ਦੇ ਸਾਬਕਾ ਨੇਤਾ ਸਟੀਫਨ ਹਾਰਪਰ ਦੁਆਰਾ ਖੁੱਲਕੇ ਸਮਰਥਨ ਦਿੱਤਾ ਗਿਆ ਸੀ ਕੈਨੇਡਾ ਵਿੱਚ ਇੱਕ ਪਾਸੇ ਲੱਖਾਂ ਨੌਕਰੀਆਂ ਲਈ ਕੰਮੇ ਨਹੀਂ ਮਿਲ ਰਹੇ ਜਦਕਿ ਦੂਜੇ ਪਾਸੇ ਰੋਜ਼ਗਾਰ ਖੇਤਰ ਪਿਛਲੇ 3 ਮਹੀਨੇ ਤੋਂ ਮਾੜੇ ਦੌਰ ਤੋਂ ਲੰਘ ਰਿਹਾ ਹੈ ਬੇਰੋਜ਼ਗਾਰੀ ਦਰ ਬਾਦ ਕੇ 5.4 ਫੀਸਦੀ ਹੋ ਗਈ ਹੈ ਅਤੇ ਆਰਥਿਕ ਮਾਇਰਾਂ ਦਾ ਕਹਿਣਾ ਹੈ ਕਿ ਮੌਜੂਦਾ ਵਰੇ ਦੀ ਪਹਿਲੀ ਛਿਮਾਹੀ ਦੌਰਾਨ ਮਜ਼ਬੂਤ ਨਜ਼ਰ ਆ ਰਿਹਾ ਹੈ ਔਰ ਅਰਥਚਾਰਾ ਹੁਣ ਥੜਕਣ ਲੱਗ ਪਿਆ ਤਾਜ਼ਾ ਅੰਕੜਿਆਂ ਦੇ ਮੁਤਾਬਕ ਅਗਸਤ ਮਹੀਨੇ ਦੌਰਾਨ ਕੈਨੇਡੀਅਨ ਅਰਥਚਾਰੇ ਵਿੱਚੋਂ 40000 ਨੌਕਰੀਆਂ ਖਤਮ ਹੋਈਆਂ ਜਦਕਿ ਪਿਛਲੇ 3 ਮਹੀਨੇ ਦੌਰਾਨ 114000 ਨੌਕਰੀਆਂ ਖਤਮ ਹੋਈਆਂ ਸਟੈਟਿਸ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ ਅਗਸਤ ਮਹੀਨੇ ਦੌਰਾਨ ਸਭ ਤੋਂ ਵੱਧ ਨੁਕਸਾਨ ਐਜੂਕੇਸ਼ਨਜ਼ ਐਕਟਰ ਵਿੱਚ ਹੋਇਆ ਜਿੱਥੇ ਰੁਸਕਾਰ ਦੇ 50000 ਮੌਕੇ ਖਤ ਇਸ ਦੇ ਉਲਟ ਪ੍ਰੋਫੈਸ਼ਨਲ ਸਾਇੰਟਿਫਿਕ ਅਤੇ ਟੈਕਨੀਕਲ ਸਰਵਿਸਿਜ਼ ਵਾਲੇ ਖੇਤਰ ਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਲਗਾਤਾਰ ਵਾਧਾ ਕੀਤੇ ਜਾਣ ਦਾ ਅਸਰ ਅਰਥਚਾਰੇ ਤੇ ਨਜ਼ਰ ਆ ਰਿਹਾ ਅਤੇ ਭਵਿੱਖ ਵਿੱਚ ਮੁੜ ਵਿਆਜ ਦਰਾਂ ਵਧਣ ਦੇ ਹੋਰ ਮਾੜਾ ਅਸਰ ਬਰਦਾਸ਼ਤ ਕਰਨਾ ਪੈ ਸਕਦਾ ਹੈ ਹੈਲਥ ਕੈਨੇਡਾ ਵੱਲੋਂ 6 ਮਹੀਨੇ ਤੋਂ 4 ਸਾਲ ਤੱਕ ਦੇ ਬੱਚਿਆਂ ਲਈ ਫਾਈਜ਼ਰ ਦੇ ਕਰੋਨਾ ਵੈਕਸੀਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਸਿਹਤ ਵਿਭਾਗ ਨੇ ਕਿਹਾ ਕਿ ਵੈਕਸੀਨ ਦੀ ਵਿਸਤਾਰਤ ਅਤੇ ਵਿਗਿਆਨਕ ਤਰੀਕੇ ਨਾਲ ਕੋਖਮਗਰੋ ਹਰੀ ਝੰਡੀ ਦਿੱਤੀ ਗਈ ਹੈ ਜਿਸ ਨਾਲ ਬੱਚਿਆਂ ਵਾਸਤੇ ਸਿਹਤ ਖਤਰੇ ਪੈਦਾ ਨਹੀਂ ਹੁੰਦੇ ਇਸ ਉਮਰ ਵਰਗ ਲਈ ਹੈਲਥ ਕੈਨੇਡਾ ਵੱਲੋਂ ਦੂਜੀ ਵੈਕਸੀਨ ਨੂੰ ਪ੍ਰਵਾਨਗੀ ਦਿੱਤੀ ਗਈ ਇਸ ਤੋਂ ਪਹਿਲਾਂ ਮੋਡਰਨਾ ਦੀ ਸਪਾਈਕਸ ਵੈਕਸ ਨੂੰ 6 ਮਹੀਨੇ ਤੋਂ 4 ਸਾਲ ਤੱਕ ਦੇ ਬੱਚਿਆਂ ਲਈ ਪਰਵਾਨ ਕੀਤਾ ਗਿਆ ਸੀ ਹੈਲਥ ਕੈਨੇਡਾ ਨੇ ਕਿਹਾ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਤਿੰਨ ਖੁਰਾਕਾਂ ਵਾਲੀ ਵੈਕਸੀਨ ਹੋਏਗੀ ਅਤੇ ਪਹਿਲੀ ਖੁਰਾਕ ਤੋਂ ਦੂਜੀ ਖੁਰਾਕ درمیان ਤਿੰਨ ਹਫ਼ਤੇ ਦਾ ਵਕਫਾ ਰੱਖਿਆ ਜਾਏਗਾ ਜਦਕਿ ਦੂਜੀ ਤੋਂ ਤੀਜੀ ਖੁਰਾਕ درمیان 8 ਹਫ਼ਤੇ ਦਾ ਵਕਫਾ ਰੱਖਣ ਦਾ ਫੈਸਲਾ ਕੀਤਾ ਗਿਆ ਬਰਤਾਨੀਆਂ ਚ ਮਹਾਰਾਣੀ ਅਲੀਜ਼ਾਬੈਥ ਦੇ ਦੇਹਾਂਤ ਤੋਂ ਬਾਅਦ ਕੈਨੇਡਾ ਭਾਰ ਵਿੱਚ ਸਰਕਾਰੀ ਸੋਗ ਮਨਾਇਆ ਜਾ ਰਿਹਾ ਕਿਉਂਕਿ ਉਹ ਕੈਨੇਡਾ ਦੀ ਵੀ ਰਾਣੀ ਸੀ ਆਪਣੇ 70 ਸਾਲਾਂ ਦੇ ਕਾਰਜਕਾਲ ਦੌਰਾਨ ਮਹਾਰਾਣੀ ਅਲੀਜ਼ਾਬੈਥ ਨੇ ਕੈਨੇਡਾ ਦੇ ਇੱਕ ਦਰਜਨ ਔਰ ਨਾਲ ਦੇ ਨਾਲ ਪ੍ਰਧਾਨ ਮੰਤਰੀਆਂ ਨੂੰ ਕੰਮ ਕੀਤਾ ਦੇਸ਼ ਦੀ ਸੰਸਦ ਵਿਧਾਨ ਸਭਾમાં ਸੇਿਤ ਸਰਕਾਰੀ ਅਦਾਰਿਆਂ ਤੇ ਨਗਰਪਾਲਿਕਾਵਾਂ ਦੇ ਸਰਕਾਰੀ ਝੰਡੇ ਚੁਕਾ ਦਿੱਤੇ ਗਏ ਚਾਰਲਸ ਵੱਲੋਂ ਵਕਾਇਦਾ ਮਹਾਰਾਜਾ ਬਣਨ ਦੇ ਮੌਕੇ ਤੇ ਬੀਤੇ ਕੱਲ ਝੰਡੇ ਚਲਾਉਣ ਤੋਂ ਬਾਅਦ ਦੁਬਾਰਾ ਝੁਕਾ ਦਿੱਤੇ ਗਏ ਅਤੇ ਕੈਨੇਡਾ ਭਾਰ ਵਿੱਚ ਸਰਕਾਰੀ ਸੋਗ ਮਹਾਰਾਣੀ ਦੇ ਅੰਤਿਮ ਸੰਸਕਾਰ ਤੱਕ ਜਾਰੀ ਰਹੇਗਾ ਇਸ ਦੌਰਾਨ ਰਾਜਧਾਨੀ ਓਟਾਵਾ ਵਿਖੇ ਰੀਡੋ ਹਾਲ ਅੰਦਰ ਬੀਤੇ ਕਾਲ ਇੱਕ ਵਿਸ਼ੇਸ਼ ਸਮਾਗਮ ਗਵਰਨਰ ਜਰਨਲ ਮੈਰੀ ਸਾਈਮਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟਰੀਆ ਫਰੀਲੈਂਡ ਸ਼ਾਮਲ ਹੋਏ ਜਿਸ ਦੌਰਾਨ ਮਹਾਰਾਜਾ ਚਾਰਲਸ ਫਿਲਪ ਆਰਥਰ ਜਾਰਜ ਵਿਨਸਟਰ ਨੂੰ ਰਸਮੀ ਤੌਰ ਤੇ ਮਾਨਤਾ ਦਿੱਤੀ ਗਈ। ਹੁਣ ਮਹਾਰਾਜਾ ਚਾਰਲਸ ਕੈਨੇਡਾ ਦੇ ਨਵੇਂ ਮੁਖੀ ਨੇ ਜਿਨ੍ਹਾਂ ਦੇ ਨਾਂ ਤੇ ਦੇਸ਼ ਵਿੱਚ ਸਰਕਾਰ ਚੱਲਿਆ ਕਰੇਗੀ ਅਤੇ ਉਹਨਾਂ ਵੱਲੋਂ ਨਵੇਂ ਗਵਰਨਰ ਜਰਨਲ ਦੀਆਂ ਨਿਯੁਕਤੀਆਂ ਕੀਤੀਆਂ ਜਾਇਆ ਕਰਨਗੀਆਂ। ਸ੍ਰੀ ਟਰੂਡੋ ਨੇ ਮਹਾਰਾਣੀ ਦੇ ਦਿਹਾਂਤ ਤੋਂ ਬਾਅਦ ਉਹਨਾਂ ਨਾਲ ਬਤਾਏ ਸਮੇਂ ਨੂੰ ਯਾਦ ਕੀਤਾ ਅਤੇ ਸੋਗ ਵਜੋਂ ਕਾਲਾ ਸੂਟ ਪਹਿਨ ਕੇ ਆਪਣਾ ਅਭਿਆਨ ਚਾਲੀ ਕੀਤਾ। ਦੁਨੀਆ ਦੀ ਪ੍ਰਮੁੱਖ ਈ-ਕਾਮਰਸ ਕੰਪਨੀ ਐਮਾਜ਼ਾਨ ਨੇ ਅਮਰੀਕਾ ਤੇ ਬ੍ਰਿਟੇਨ ਦੇ ਪਲੇਟਫਾਰਮਸ ਤੋਂ ਕਾਰ ਸੀਟ ਬੈਲਟ అలਰਮ ਸਟਾਪ ਉਤਪਾਦਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਭਾਰਤ ਵਿੱਚ ਅਜਿਹਾ ਹੀ ਫੈਸਲਾ ਲੈਣ ਤੋਂ ਬਾਅਦ ਕੰਪਨੀ ਨੇ ਇਹ ਫੈਸਲਾ ਲਿਆ। ਐਮਾਜ਼ਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਸੀਂ ਸਾਰੇ ਦੇਸ਼ਾਂ 'ਚ ਆਪਣੇ ਪਲੇਟਫਾਰਮ ਤੇ ਅਜਿਹੇ ਉਤਪਾਦਾਂ ਨੂੰ ਲੱਭ ਕੇ ਹਟਾਉਣ ਲਈ ਕੰਮ ਕਰ ਰਹੇ ਹਾਂ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਸਾਰੇ ਉਤਪਾਦਾਂ ਨੂੰ ਹਟਾਉਣ ਦੀ ਪ੍ਰਕਿਰਿਆ ਵਿੱਚ ਹਾਂ। ਜੋ ਸੀਟ ਬੈਲਟ ਅਲਰਮ ਨੂੰ ਬੰਦ ਕਰਦੇ ਨੇ ਦੱਸਦੇ ਕਿ ਸਾਇਰਸ ਮਿਸਤਰੀ ਹਾਦਸੇ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਹਾਦਸਾ ਜਾਨਲੇਵਾ ਇਸ ਲਈ ਹੋਇਆ ਕਿਉਂਕਿ ਯਾਤਰੀਆਂ ਨੇ ਸੀਟ ਬੈਲਟ ਨਹੀਂ ਪਾਈ ਸੀ ਇਸ ਕਾਰਨ 에ਅਰ ਬੈਗ ਨੇ ਵੀ ਕੰਮ ਨਹੀਂ ਕੀਤਾ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗੜਗਰੀ ਨੇ ਨਿਊਜ਼ ਏਜੰਸੀ ਰਾਈਟਰਜ਼ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਐਮਾਜ਼ੋਨ ਤੇ ਅਜਿਹੇ ਮੈਟਲ ਕਲਿੱਪ ਉਪਲਬਧ ਨੇ ਜਿਨ੍ਹਾਂ ਦੀ ਮਦਦ ਨਾਲ ਕਾਰ ਸੀਟ ਬੈਲਟ ਅਲਰਮ ਨੂੰ ਆਸਾਨੀ ਨਾਲ ਬੰਦ ਕੀਤਾ ਜਾ ਸਕਦਾ ਹੈ ਇਸ ਸੰਬੰਧੀ Amazon ਨੂੰ ਨੋਟਿਸ ਭੇਜਿਆ ਗਿਆ ਗੱਡਗਰੀ ਨੇ ਇਹ ਉਮੀਦ ਜਤਾਈ ਹੈ ਕਿ ਸੜਕ ਸੁਰੱਖਿਆ ਨਾਲ ਸੰਬੰਧਤ ਕਈ ਹੋਰ ਮਹੱਤਵਪੂਰਨ ਵਿਵਸਥਾਾਂ ਇਸ ਸਾਲ ਦੇ ਅੰਤ ਤੱਕ ਲਾਗੂ ਹੋ ਜਾਣਗੀਆਂ ਪਿਛਲੀ ਸੀਟ ਬੈਲਟ ਦੇ ਬਾਰੇ ਵਿੱਚ ਗੱਡਗਰੀ ਨੇ ਕਿਹਾ ਕਿ ਸਰਕਾਰ ਪਿਛਲੀ ਸੀਟ ਬੈਲਟ ਲਈ ਵੀ ਅਲਰਮ ਨੂੰ ਲਾਜ਼ਮੀ ਬਣਾਉਣ ਦੀ ਪ੍ਰਕਿਰਿਆ 'ਚ ਹੈ ਇਸ ਸੰਬੰਧੀ ਜਲਦੀ ਹੀ ਸਰਕਾਰੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ ਇਸ ਤੋਂ ਬਾਅਦ ਇਹ ਫੀਚਰ ਦੇਸ਼ ਭਰ 'ਚ ਵਿਕਣ ਵਾਲੇ ਸਾਰੇ ਵਾਹਨਾਂ ਵਿੱਚ ਉਪਲਬਧ ਹੋਏਗਾ ਏਅਰ ਇੰਡੀਆ ਗਰੁੱਪ ਨੇ ਇਸ ਮਹੀਨੇ ਤੋਂ ਆਪਣੇ ਉਹਨਾਂ ਦਫ਼ਤਰਾਂ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਸਰਕਾਰੀ ਇਮਾਰਤਾਂ 'ਚ ਚੱਲ ਰਹੇ ਨੇ ਕੰਪਨੀ ਦੇ ਇਸ ਕਦਮ ਨੂੰ ਦੇਸ਼ ਭਰ ਵਿੱਚ ਫੈਲੇ ਆਪਣੇ ਦਫ਼ਤਰਾਂ ਨੂੰ ਇੱਕ ਜਗ੍ਹਾ ਲਿਆਉਣ ਦੇ ਤੌਰ ਤੇ ਦੇਖਿਆ ਜਾ ਰਿਹਾ ਕਾਟੇ 'ਚ ਚੱਲ ਰਹੀ ਏਅਰ ਇੰਡੀਆ ਤੇ ਇਸ ਦੀ ਸਬਸਿਡੀਅਰੀ ਏਅਰ ਇੰਡੀਆ ਐਕਸਪ੍ਰੈਸ ਲਈ ਪਿਛਲੇ ਸਾਲ 8 ਅਕਤੂਬਰ ਨੂੰ ਕਾਮਯਾਬ ਬੋਲੀ ਲਗਾਉਣ ਤੋਂ ਬਾਅਦ ਇਸ ਸਾਲ 27 ਜਨਵਰੀ ਨੂੰ ਟਾਟਾ ਗਰੁੱਪ ਨੇ ਇਸ ਦਾ ਕੰਮਕਾਜ ਆਪਣੇ ਹੱਥਾਂ 'ਚ ਲੈ ਲਿਆ ਸੀ। ਇਹਨਾਂ ਦੋ 에ਅਰਲਾਈਨਸ ਤੋਂ ਇਲਾਵਾ ਟਾਟਾ ਗਰੁੱਪ ਕੋਲ ਵਿਸਤਾਰਾ 'ਚ 51% ਦੀ ਹਿੱਸੇਦਾਰੀ ਹੈ। ਸਿੰਗਾਪੁਰ 에ਅਰਲਾਈਨਸ ਨਾਲ ਸਾਂਝੇ ਉਦਮ ਦੇ ਤੌਰ ਤੇ ਚਲਾਈ ਜਾ ਰਹੀ ਬਜਟ 에ਅਰਲਾਈਨ 에ਅਰ 에ਸ਼ੀਆ ਇੰਡੀਆ 'ਚ 83.67% ਦੀ ਹਿੱਸੇਦਾਰੀ ਹੈ। ਇੱਕ ਬਿਆਨ ਦੇ ਮੁਤਾਬਕ ਕੇਅਰ ਇੰਡੀਆ 에ਅਰ 에ਸ਼ੀਆ ਐਕਸਪ੍ਰੈਸ ਤੇ 에ਅਰ 에ਸ਼ੀਆ ਇੰਡੀਆ ਨੂੰ ਸਾਂਝੇ ਤੌਰ ਤੇ ਅਗਲੇ ਸਾਲ ਮਾਰਚ ਤੱਕ ਕੌਮੀ ਰਾਸ਼ਟਾਨੀ ਖੇਤਰ ਦੇ ਇੱਕ ਆਧੁਨਿਕ ਦਫ਼ਤਰ ਦੇ ਕੰਪਲੈਕਸ ਵਿੱਚ ਸ਼ਿਫਟ ਕੀਤਾ ਜਾਏਗਾ ਆਪਸੀ ਸਹਿਯੋਗ ਤੇ ਤਾਲਮੇਲ ਵਿੱਚ ਸੁਧਾਰ ਅਤੇ ਨਵੀਂ ਤਕਨੀਕ ਦੀ ਜ਼ਿਆਦਾ ਆਸਾਨੀ ਨਾਲ ਬਹਾਲੀ ਲਈ ਅჯਿਹਾ ਕੀਤਾ ਜਾ ਰਿਹਾ 에ਅਰ ਇੰਡੀਆ ਦੇ ਸਟਾਫ ਦੀ ਵੱਡੀ ਗਿਣਤੀ 에ਅਰਲਾਈਨਸ ਹਾਊਸ ਸਫਦਰ ਜੰਗ ਕੰਪਲੈਕਸ ਜੀਐਸਟੀ ਕੰਪਲੈਕਸ ਤੇ ਆਈਜੀਆਈ ਟਰਮੀਨਲ 1 ਚ ਹੈ 6 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ جاری ਸੰਘਰਸ਼ ਦਰਮਿਆਨ ਇੱਕ ਅਹਿਮ ਘਟਨਾ ਚੱਕਰ ਤਹਿਤ ਰੂਸ ਨੇ ਯੂਕਰੇਨ ਦੇ ਖਾਰਕੀਵ ਇਲਾਕੇ 'ਚੋਂ ਆਪਣੇ ਫੌਜੀਆਂ ਨੂੰ ਵਾਪਸ ਬੁਲਾ ਲਿਆ। ਇਸ ਖੇਤਰ ਵਿੱਚ ਯੂਕਰੇਨ ਦੀ ਫੌਜ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਯੂਕਰੇਨ ਦੀ ਇਸ ਬੜਤ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਰੂਸ ਦੇ ਇਸ ਕਦਮ ਤੋਂ ਸਾਫ ਹੈ ਕਿ ਇੱਕ ਅਹਿਮ ਮੋਰਚੇ ਤੇ ਉਸ ਨੂੰ ਨੁਕਸਾਨ ਚੱਲਣਾ ਪਿਆ। ਇਸ ਮੋਰਚੇ ਤੇ ਹਜ਼ਾਰਾਂ ਰੂਸੀ ਫੌਜੀਆਂ ਦੇ ਕਿਰਨ ਦਾ ਖਰਚਾ ਪੈਦਾ ਹੋ ਗਿਆ। ਇਸ ਤੋਂ ਪਹਿਲਾਂ ਦਿਨ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਸੀ ਕਿ ਉਹ ਖਾਰਕੀਵ ਵਿੱਚ ਦੋ ਥਾਵਾਂ ਤੋਂ ਆਪਣੇ ਫੌਜੀਆਂ ਨੂੰ ਵਾਪਸ ਬੁਲਾ ਰਿਹਾ ਇਨ੍ਹਾਂ ਦੋਵਾਂ ਖੇਤਰਾਂ 'ਚ ਪਿਛਲੇ ਹਫ਼ਤੇ ਯੂਕਰੇਨ ਦੇ ਫੌਜੀਆਂ ਨੇ ਕਾਫੀ ਬੜਥ ਹਾਸਲ ਕਰ ਲਈ ਹੈ ਏਪੀ ਮੁਤਾਬਕ ਰੱਖਿਆ ਮੰਤਰਾਲਾ ਦੇ ਬੁਲਾਰੇ ਇਗੋਰ ਕੋਨਚੇਕੋਵ ਨੇ ਦੱਸਿਆ ਕਿ ਬਾਲਕਲੀਆ ਤੇ ਯੂਜ਼ਮ ਇਲਾਕਿਆਂ ਤੋਂ ਫੌਜੀਆਂ ਦੀ ਦੋਨੇਸਤ ਖੇਤਰ 'ਚ ਮੂਰਤਾਇਨਾਤੀ ਕੀਤੀ ਜਾਏਗੀ ਉਤਰੀ ਮੈਕਸੀਕੋ ਵਿੱਚ ਇੱਕ ਤੇਲ ਟੈਂਕਰ ਅਤੇ ਇੱਕ ਯਾਤਰੀ ਵਾਹਨ ਵਿਚ ਆਲੇ ਹੋਈ ਜ਼ਬਰਦਸਤ ਟੱਕਰ ਵਿੱਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਟਾਮਾਉਲੀਪਾਸ ਰਾਜ ਦੇ ਵਕੀਲਾ ਨੇ ਦੱਸਿਆ ਕਿ ਟੱਕਰ ਵਿੱਚ ਦੋਵੇਂ ਵਾਹਨ ਪੂਰੀ ਤਰ੍ਹਾਂ ਸੜ ਗਏ ਔਰ ਮੈਕਸਿਕੋ ਸਿਟੀ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਟਾਮਾਉਲੀਪਾਸ ਰਾਜ ਦੇ ਵਕੀਲਾ ਨੇ ਦੱਸਿਆ ਕਿ ਟੱਕਰ ਵਿੱਚ ਦੋਵੇਂ ਵਾਹਨ ਪੂਰੀ ਤਰ੍ਹਾਂ ਜਿੱਥੇ ਸੜੇ ਨੇ ਉੱਥੇ ਪੁਲਿਸ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਵਿੱਚ ਬਸ ਸੜੇ ਹੋਏ ਧਾਤੂ ਦੇ ਢੇਰ ਵਾਂਗ ਨਜ਼ਰ ਆ ਰਹੀ ਹੈ ਟਾਮਾਉਲੀਪਾਸ ਰਾਜ ਦੀ ਪੁਲਿਸ ਨੇ ਸ਼ੁਰੂ ਵਿੱਚ ਕਿਹਾ ਸੀ ਕਿ 9 ਲਾਸ਼ਾਂ ਦੇ ਅਵਸ਼ੇਸ਼ ਮਿਲ ਗਏ ਨੇ ਉਹਨਾਂ ਨੇ ਬਾਅਦ ਵਿੱਚ ਕਿਹਾ ਕਿ 9 ਹੋਰ ਅਵਸ਼ੇਸ਼ ਮਿਲੇ ਨੇ ਜੋ ਕਿ ਹੁਣ ਤੱਕ 18 ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦੇ ਨੇ ਉਹਨਾਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਇਹ ਹਾਦਸਾ ਮੌਨਟੇਰੀ ਸ਼ਹਿਰ ਵੱਲ ਜਾਣ ਵਾਲੇ ਹਾਈਵੇ ਤੇ ਟੜਕੇ ਵਾਪਰਿਆ ਤੇਲ ਪਰਣ ਵਾਲੇ ਟੈਂਕਰ ਦਾ ਡਰਾਈਵਰ ਠੀਕ ਮੰਨਿਆ ਜਾ ਰਿਹਾ ਅਤੇ ਉਸ ਕੋਲੋਂ ਪੁਸ਼ਕਿਸ਼ ਕੀਤੀ ਜਾ ਰਹੀ ਹੈ ਬੱਸ ਹਿਡਾਲਗੋ ਤੋਂ ਮੌਨਟੇਰੀ ਸ਼ਹਿਰ ਜਾ ਰਹੀ ਸੀ ਬ੍ਰਿਟੇਨ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਐਲਿਜ਼ਾਬੈਥ 2 ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੋਹੀਨੂਰ ਹੀਰਾ ਭਾਰਤ ਨੂੰ ਵਾਪਸ ਕਰਨ ਦੀਆਂ ਮੰਗਾਂ ਫਿਰ ਤੋਂ ਉੱਠ ਰਹੀਆਂ ਨੇ ਮਹਾਰਾਣੀ ਦੇ ਬੇਟੇ ਪ੍ਰਿੰਸ ਚਾਰਲਸ ਦੇ ਰਾਜ ਗੱਦੀ ਸੰਭਾਲਣ ਦੇ ਨਾਲ ਹੀ 105 ਕੈਰਟ ਦਾ ਹੀਰਾ ਉਹਨਾਂ ਦੀ ਪਤਨੀ ਡਚੈਸ ਕਾਰਨੇਵਾਲ ਕੈਮਲਾ ਕੋਲ ਜਾਏਗਾ ਕੋਹੀਨੂਰ ਇੱਕ ਵੱਡਾ ਬੇਰੰਗ ਹੀਰਾ ਹੈ ਜੋ 14ਵੀਂ ਸਦੀ ਦੀ ਸ਼ੁਰੂਆਤ ਵਿੱਚ ਦੱਖਣੀ ਭਾਰਤ 'ਚ ਮਿਲਿਆ ਸੀ ਇਹ ਵਸਤੀਵਾਦੀ ਦੌਰ ਦੌਰਾਨ ਬ੍ਰਿਟੇਨ ਦੇ ਹੱਥ ਵਿੱਚ ਆ ਗਿਆ ਤੇ ਹੁਣ ਇਤਿਹਾਸਕ ਮਾਲਕੀ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਤੇ ਭਾਰਤ ਸਮੇਤ ਘੱਟ ਤੋਂ ਘੱਟ 4 ਦੇਸ਼ ਦਾਵਾ ਕਰਦੇ ਨੇ ਮਹਾਰਾਣੀ ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੋਹੀ ਨੂਰ ਨੂੰ ਵਾਪਸ ਲਿਆਉਣ ਦੀਆਂ ਮੰਗਾਂ ਵਿੱਚ ਕੁਝ ਟਵਿੱਟਰ ਖਪਤਕਾਰਾਂ ਨੇ ਗੰਭੀਰਤਾ ਨਾਲ ਇਹ ਗੱਲ ਰੱਖੀ ਹੈ ਤੇ ਕਿਸੇ ਨੇ ਮਜ਼ਾਕੀਆ ਅੰਦਾਜ਼ ਨਾਲ ਇਸ ਮੁੱਦੇ ਨੂੰ ਚੁੱਕਿਆ ਭਾਰਤੀ পুরাਰਥਤਾ ਸਰਵੇਖਣ ਦੇ ਕੁਝ ਸਾਲ ਪਹਿਲਾਂ ਇੱਕ ਆਰਟੀਆਈ ਦੇ ਜਵਾਬ ਵਿੱਚ ਕਿਹਾ ਸੀ ਕਿ ਲਗਭਗ 170 ਸਾਲ ਪਹਿਲਾਂ ਲਾਹੌਰ ਦੇ ਮਹਾਰਾਜਾ ਨੇ ਇੰਗਲੈਂਡ ਦੀ ਮਹਾਰਾਣੀ ਅੱਗੇ ਝੁੱਕ ਕੇ ਕੋਹੀਨੂਰ ਹੀਰਾ ਉਹਨਾਂ ਨੂੰ ਸੌਂਪਿਆ ਸੀ ਅਤੇ ਅੰਗਰੇਜ਼ਾਂ ਨੂੰ ਨਹੀਂ ਸੀ ਸੌਂਪਿਆ ਗਿਆ ਹਾਲਾਂਕਿ ਸੁਪਰੀਮ ਕੋਰਟ ਵਿੱਚ ਭਾਰਤ ਸਰਕਾਰ ਦਾ ਪੱਖ ਇਹ ਸੀ ਕਿ ਲਗਭਗ 20 ਕਰੋੜ ਡਾਲਰ ਦੀ ਕੀਮਤ ਵਾਲਾ ਇਹ ਹੀਰਾ ਨਾ ਤਾਂ ਚੋਰੀ ਕੀਤਾ ਗਿਆ ਨਾ ਹੀ ਅੰਗਰੇਜ਼ ਹਾਕਮ ਇਸ ਨੂੰ ਜ਼ਬਰਦਸਤੀ ਲੈ ਕੇ ਗਏ ਸਗੋਂ ਪੰਜਾਬ ਦੇ ਸਾਪਕਾ ਹਾਕਮਾਨੇਜ ਨੂੰ ਈਸਟ ਇੰਡੀਆ ਕੰਪਨੀ ਨੂੰ ਦੇ ਦਿੱਤਾ ਕਾਂਗਰਸ ਸੰਸਦ ਸ시 थरूर ਨੇ ਕਿਤਾਬ ਐ ਨੀਰਾ ਆਫ ਡਾਰਕਨੈਸ ਕਿਤਾਬ ਵਿੱਚ ਲਿਖਿਆ ਹੈ ਕਿ ਕੋਹੀ ਨੂਰ ਨੂੰ ਕਿਸੇ ਸਮੇਂ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਹੋਣ ਦਾ ਦਾਵਾ ਕੀਤਾ ਗਿਆ ਸੀ Apple ਜਦੋਂ ਵੀ ਕੋਈ ਨਵਾਂ ਪ੍ਰੋਡਕਟ ਲਾਂਚ ਕਰਦਾ ਹੈ ਤਾਂ ਕੀਮਤ ਨੂੰ ਲੈ ਕੇ ਉਸ ਨੂੰ ਖੂਬ ਟ੍ਰੋਲ ਕੀਤਾ ਜਾਂਦਾ ਹੈ ਪਰ ਜਦੋਂ ਪ੍ਰੋਡਕਟ ਦੀ ਮਹੱਤਤਾ ਲੋਕਾਂ ਨੂੰ ਪਤਾ ਚੱਲਦੀ ਹੈ ਤਾਂ ਉਦੋਂ ਲੋਕ ਤਾਰੀਫ਼ ਵੀ ਕਰਦੇ ਨੇ Apple Watch ਦੁਨੀਆ ਦੀ ਨੰਬਰ 1 ਸਮਾਰਟਵਾਚ ਹੈ ਅਜੇ ਹਾਲ ਹੀ ਵਿੱਚ ਐਪਲ ਨੇ ਐਪਲ ਵਾਚ ਅਲਟਰਾ ਲਾਂਚ ਕੀਤਾ ਹੈ ਅਤੇ ਜੋ ਕੰਪਨੀ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਅਤੇ ਸਭ ਤੋਂ ਪਾਵਰਫੁੱਲ ਸਮਾਰਟਵਾਚ ਹੈ ਐਪਲ ਦੀ ਵਾਚ ਦੀ ਪਾਵਰ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਵੀ ਲਗਾ ਸਕਦੇ ਹੋ ਕਿ ਐਪਲ ਵਾਚ ਕਿਸੇ ਦੀ ਜਾਨ ਵੀ ਬਚਾ ਸਕਦੀ ਹੈ। ਐਪਲ ਵਾਚ ਨੇ ਇਸ ਵਾਰ ਇੰਗਲੈਂਡ ਦੇ 54 ਸਾਲਾ ਵਿਅਕਤੀ ਦੀ ਜਾਨ ਬਚਾ ਦਿੱਤੀ। ਜੀ ਬਿਲਕੁਲ, ਇਹ ਕਹਾਣੀ ਹੈ ਨਾਰਵੇ ਰਚ ਦੇ ਰਹਿਣ ਵਾਲੇ 54 ਸਾਲਾ ਡੇਵਿਡ ਦੀ ਜਿਨ੍ਹਾਂ ਨੂੰ ਉਹਨਾਂ ਦੀ ਪਤਨੀ ਨੇ ਇਸ ਸਾਲ ਅਪ੍ਰੈਲ ਚ ਜਨਮ ਦਿਨ ਦੇ ਮੌਕੇ ਤੇ ਐਪਲ ਵਾਚ ਗਿਫਟ ਕੀਤੀ ਅਤੇ ਇਸ ਵਾਚ ਨੇ ਡੇਵਿਡ ਨੂੰ ਹੁਣ ਨਵਾਂ ਜੀਵਨ ਦਿੱਤਾ। ਰਿਪੋਰਟ ਦੇ ਮੁਤਾਬਕ ਡੇਵਿਡ ਦੀ ਧੜਕਣ 48 ਘੰਟਿਆਂ ਚ 138 ਬਾਰ ਬੰਦ ਹੋ ਗਈ ਅਤੇ ਹਾਰਟ ਰੇਟ ਦਾ ऑफिस ਲੋ ਹੋ ਗਿਆ ਸੀ Apple Watch ਨੇ David ਨੂੰ ਦੱਸਿਆ ਕਿ ਉਹਨਾਂ ਦਾ ਹਾਰਟ ਰੇਟ ਕੇਵਲ 30 bpm ਹੈ ਜਦਕਿ ਉਸ ਨੂੰ 600 bpm ਚਾਹੀਦੇ ਵਿਚਕਾਰ ਵਾਚ ਨੂੰ ਲਗਾਤਾਰ ਮਿਲ ਰਹੇ ਅਲਰਟ ਤੋਂ ਬਾਅਦ ਡੇਵਿਡ ਨਾਰਵਿਚ ਯੂਨੀਵਰਸਿਟੀ ਹਸਪਤਾਲ ਦੇ ਇੱਕ ਦਿਲ ਦੇ ਰੋਗ ਦੇ ਮਾਹਿਰ ਨੂੰ ਮਿਲੇ ਜਿੱਥੇ ਡੇਵਿਡ ਦੀ ਐਮ ਆਰ ਆਈ ਅਤੇ ਈ ਸੀ ਜੀ ਕੀਤੀ ਗਈ ਜਾਂਚ ਵਿੱਚ ਇੱਕ ਦਿਨ ਬਾਅਦ ਡੇਵਿਡ ਨੂੰ ਹਸਪਤਾਲ ਬੁਲਾਇਆ ਗਿਆ ਤੇ ਦੱਸਿਆ ਕਿ ਉਹ 3 ਡਿਗਰੀ ਹਾਰਟ ਬਲਾਕੇਜ ਤੋਂ ਗੁਜ਼ਰ ਰਹੇ ਨੇ ਅਤੇ ਕਿਸੇ ਵੀ ਸਮੇਂ ਉਹਨਾਂ ਨੂੰ ਹਾਰਟ ਅਟੈਕ ਆ ਸਕਦਾ ਹੈ ਇਸ ਤੋਂ ਬਾਅਦ ਡੇਵਿਡ ਦੀ ਬਾਈਪਾਸ ਸਰਜਰੀ ਹੋਈ ਅਤੇ ਪੇਸਮੇਕਰ ਲਗਾਇਆ ਗਿਆ ਸਰਜਰੀ ਤੋਂ ਬਾਅਦ ਡੇਵਿਡ ਨੇ ਕਿਹਾ ਕਿ ਮੇਰੀ ਪਤਨੀ ਕਹਿੰਦੀ ਹੈ ਕਿ ਉਸਨੇ ਮੇਰੀ ਜਾਨ ਬਚਾਈ ਹੈ ਅਤੇ ਉਹ ਗਲਤ ਨਹੀਂ ਹੈ ਜੇਕਰ ਉਹ ਮੈਨੂੰ ਮੇਰੇ ਜਨਮਦਨ ਦੇ ਮੌਕੇ ਤੈਨਾਂ ਨਾ ਦਿੰਦੀ ਤਾਂ ਸ਼ਾਇਦ ਮੈਂ ਜ਼ਿੰਦਾ ਨਾ ਹੁੰਦਾ ਚਾਰਜਿੰਗ ਸਮੇਂ ਨੂੰ ਛੱਡ ਕੇ ਇਹ ਵਾਚ ਹਮੇਸ਼ਾ ਮੇਰੇ ਨਾਲ ਰਹਿੰਦੀ ਹੈ ਦੱਸਦੀ ਹੈ ਕਿ ਬ੍ਰਿਟੇਨ ਵਿੱਚ ਰੋਜ਼ਾਨਾ 12 ਲੋਕਾਂ ਨੂੰ ਮੌਤ ਹਾਰਟ ਅਟੈਕ ਨਾਲ ਹੁੰਦੀ ਹੈ ਅਤੇ ਇਹਨਾਂ ਲੋਕਾਂ ਦੀ ਔਸਤ ਉਮਰ 35 ਸਾਲ ਹੁੰਦੀ ਹੈ ਲੰਪੀ ਵਾਇਰਸ ਨੇ ਭਾਰਤ ਦੇ ਵਿੱਚ 58000 ਤੋਂ ਵੱਧ ਗਾਵਾਂ ਦੀ ਜਾਨ ਲੈ ਲਈ ਹੈ। ਰਾਜਧਾਨੀ ਦਿੱਲੀ ਵਿੱਚ ਵੀ ਇਸ ਵਾਇਰਸ ਨਾਲ ਸੰਕਰਮਣ ਦੇ 173 ਮਾਮਲੇ ਦਰਜ ਕੀਤੇ ਗਏ ਨੇ। ਹੁਣ ਤੱਕ 12 ਰਾਜਾਂ ਵਿੱਚ ਇਸ ਦੇ ਫੈਲਣ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਰੀ ਮੰਤਰੀ ਪਰਸ਼ੋਤਮ ਰੁੱਪਲ ਨੇ ਕਿਹਾ ਕਿ ਬਿਮਾਰੀ 16 ਰਾਜਾਂ ਵਿੱਚ ਦਸਤਕ ਤੇ ਰਹੀ ਹੈ। Rajasthan ਲੰਪੀ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ। ਦੱਸਿਆ ਜਾ ਰਿਹਾ ਕਿ ਇੱਥੇ ਪਸ਼ੂਆਂ ਦੀਆਂ ਲਾਸ਼ਾਂ ਨੂੰ ਦਫਨਾਉਣ ਦੀ ਥਾਂ ਵੀ ਘਟ ਗਈ ਹੈ। ਕੇਂਦਰੀ ਮੰਤਰੀ ਪੁਰਸ਼ੋਤਮ ਰੁਪਾਲ ਨੇ ਕਿਹਾ ਕਿ ਬਿਮਾਰੀ ਨਾਲ ਨਜਿੱਠਣ ਲਈ ਸਾਰੇ ਰਾਜਾਂ ਨਾਲ ਤਾਲਮੇਲ ਵਧਾਉਣ ਲਈ ਦਿੱਲੀ ਵਿੱਚ ਇੱਕ ਕੰਟਰੋਲ ਰੂਮ ਸ਼ੁਰੂ ਕੀਤਾ ਗਿਆ ਇਸ ਰਾਹੀਂ ਅਧਿਕਾਰੀ ਰਾਜ ਦੇ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ ਸਾਰੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਨੇ ਕੇਂਦਰੀ ਮੰਤਰੀ ਨੇ ਕਿਹਾ ਕਿ ਵੈਕਸੀਨ ਉਤਪਾਦਨ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਇਸ ਦੇ ਨਿਰਮਾਤਾ ਨਾਲ ਗੱਲਬਾਤ ਕੀਤੀ ਗਈ ਹੈ ਰੁਪਾਲਾ ਨੇ ਕਿਹਾ ਕਿ ਉਹ ਰਾਜਸਥਾਨ ਦਾ ਹਾਲ ਜਾਣਨ ਲਈ ਵੀ ਉੱਥੇ ਗਏ ਸਨ ਅਤੇ ਸੂਬਾ ਸਰਕਾਰ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਕੇਂਦਰੀ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਦੱਸਿਆ ਕਿ ਦੁੱਧ ਦਾ ਸਭ ਤੋਂ ਵੱਧ ਭੰਡਾਰ ਗੁਜਰਾਤ ਤੋਂ ਆਉਂਦਾ ਹੈ ਉੱਥੇ ਲੰਪੀ ਵਾਇਰਸ ਲਗਭਗ ਸ਼ਾਂਤ ਅਵਸਥਾ ਵਿੱਚ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਮੂਲ ਨਾਲ ਗੱਲ ਕੀਤੀ ਹੈ ਜਿੱਥੋਂ ਜਵਾਬ ਮਿਲਿਆ ਹੈ ਕਿ ਉਹਨਾਂ ਦੇ ਦੁੱਧ ਦੇ ਭੰਡਾਰ ਤੇ ਕੋਈ ਸੰਕਟ ਨਹੀਂ ਹੈ ਲੰਪੀ ਵਾਇਰਸ ਪਸ਼ੂਆਂ ਦੀ ਸ਼ੂਤ ਦੀ ਬਿਮਾਰੀ ਹੈ ਇਸ ਨੂੰ ਕੈਪਰੀਪੌਕਸ ਵੀ ਵਾਇਰਸ ਕਿਹਾ ਜਾਂਦਾ ਹੈ ਮੱਛਰ ਮੱਖੀਆਂ ਜੂਆਂ ਤੇ ਭਾਂਡੇ ਆਦਿ ਇਸ ਬਿਮਾਰੀ ਦੇ ਵਾਹਕ ਵਜੋਂ ਕੰਮ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲੇ ਔਰ ਉਹਨਾਂ ਨੇ ਸੂਬੇ ਦਾ ਦੌਰਾ ਕਰਨ ਦਾ ਸੱਦਾ ਵੀ ਦਿੱਤਾ ਮੁੱਖ ਮੰਤਰੀ ਨੇ ਰਾਸ਼ਟਰਪਤੀ ਪਵਨ ਵਿਕੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਹਾਨ ਗੁਰੂਆਂ ਸੰਤਾਂ ਪੀਰਾਂ ਤੇ ਪੈਗੰਬਰਾਂ ਦੀ ਧਰਤੀ ਪੰਜਾਬ ਆਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਰਾਸ਼ਟਰਪਤੀ ਮੁਰਮੂ ਨੂੰ ਦੱਸਿਆ ਕਿ ਪੰਜਾਬ ਸੱਭਿਆਤਾ ਦਾ ਭੰਗੂੜਾ ਹੋਣ ਦੇ ਨਾਲ-ਨਾਲ ਇਸ ਦੀ ਅਮੀਰ ਸੱਭਿਆਚਾਰਕ ਵਿਰਾਸਤ ਹੈ ਜਿਸ ਦਾ ਅਹਿਸਾਸ ਇਸ ਪਵਿੱਤਰ ਧਰਤੀ ਦੇ ਦਰਸ਼ਨ ਕਰਕੇ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਨੂੰ ਪੰਜਾਬੀਆਂ ਦੀ ਨਿੱਗੀ ਮਹਿਮਾਨ ਨਿਵਾਜ਼ੀ ਦਾ ਆਨੰਦ ਮਾਣਨ ਦੇ ਨਾਲ-ਨਾਲ ਇਸ ਦੀ ਸ਼ਾਨਦਾਰ ਸੱਭਿਆਚਾਰਕ ਵਿਰਾਸਤ ਨੂੰ ਦੇਖਣ ਲਈ ਰਸਮੀ ਤੌਰ ਤੇ ਸੂਬੇ ਦਾ ਦੌਰਾ ਕਰਨਾ ਚਾਹੀਦਾ ਹੈ। ਭਗਵੰਤਮਾਨ ਨੇ ਕਿਹਾ ਕਿ ਪੰਜਾਬ ਆਉਣ ਦੇ ਦੇਸ਼ ਦੇ ਰਾਸ਼ਟਰਪਤੀ ਦਾ ਸਮੁੱਚੇ ਸੂਬਾ ਵਾਸੀਆਂ ਵੱਲੋਂ ਨਿੱਕਾ ਸਵਾਗਤ ਕੀਤਾ ਜਾਏਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਜਰਮਨੀ ਦੌਰਾ ਸੂਬੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਦੇਵੇਗਾ। ਉਹਨਾਂ ਨੇ ਕਿਹਾ ਕਿ ਵਰਲਿੰਗ, ਮਿਊਨਿਕ ਅਤੇ ਫ੍ਰੈਂਕਫਰਟ ਦੇ ਦੌਰਾਨ ਉਹ ਨਿਰਮਾਣ, ਸੈਰ-ਸਪਾਟਾ, ਫਾਰਮਾਸਿਊਟੀਕਲ ਅਤੇ ਹੋਰ ਖੇਤਰ ਦੀਆਂ ਮੋਰੀ ਕੰਪਨੀਆਂ ਨਾਲ ਮੁਲਾਕਾਤ ਕਰਨਗੇ। ਆਪ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਕ ਬੇਰੋਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਇਸ ਵਿੱਚੋਂ ਕੁਝ ਭਰਤੀਆਂ ਤਾਂ ਸ਼ੁਰੂ ਹੋ ਚੁੱਕੀਆਂ ਨੇ ਸਰਕਾਰ ਨੇ ਹੁਣ ਫੈਸਲਾ ਲਿਆ ਹੈ ਕਿ ਜਲਦੀ ਹੀ 8 ਵਿਭਾਗਾਂ ਵਿੱਚ ਕਲਾਸ 2 ਅਤੇ ਕਲਾਸ 4 ਤੱਕ ਦੇ ਖਾਲੀ ਅਹੁਦਿਆਂ ਨੂੰ ਭਰਿਆ ਜਾਏਗਾ ਇਸ ਲਈ ਸਰਕਾਰ ਨੇ ਉਕਤ ਵਿਭਾਗਾਂ ਨੂੰ ਕਿਸ-ਕਿਸ ਰੈਂਕ ਦੀਆਂ ਪੋਸਟਾਂ ਖਾਲੀ ਨੇ ਇਸ ਨੂੰ ਲੈ ਕੇ ਕਮੇਟੀ ਦਾ ਗਠਨ ਕਰਕੇ ਸਾਰੇ ਪਹਿਲੂਆਂ ਤੇ ਵਿਚਾਰ ਚਰਚਾ ਕਰਨ ਦੇ ਨਿਰਦੇਸ਼ ਦਿੱਤੇ ਨੇ ਮੁੱਖ ਮੰਤਰੀ ਮਾਨ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਇਸ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕਰਕੇ ਸੀਐਮਓ ਨੂੰ ਰਿਪੋਰਟ ਦੇਣ ਸਰਕਾਰ ਨੇ ਰਿਪੋਰਟ ਸੌਂਪਣ ਲਈ 30 ਦਿਨ ਦਾ ਸਮਾਂ ਦਿੱਤਾ ਹੈ ਇਸ ਵਿੱਚ ਦੱਸਣਾ ਹੋਏਗਾ ਕਿ ਕਿੰਨੇ ਅਹੁਦੇ ਕਲਾਸ 2 ਤੋਂ ਲੈ ਕੇ ਕਲਾਸ 4 ਤੱਕ ਦੇ ਮੁਲਾਜ਼ਮਾਂ ਦੇ ਖਾਲੀ ਨੇ ਸਾਰੇ ਵਿਭਾਗਾਂ ਦੇ ਪ੍ਰਧਾਨਾਂ ਨੂੰ ਪੂਰਵਾਰ ਦੇਣਾ ਪਏਗਾ ਪੰਜਾਬ ਸਰਕਾਰ ਨੇ ਸਿੱਖਿਆ ਸਿਹਤ ਰੈਵਨਿਊ ਸੋਸ਼ਲ ਵੈਲਫੇਅਰ ਪੰਜਾਬ ਪੁਲਿਸ ਲੋਕਲ ਬਾਡੀ ਪਬਲਿਕ ਹੈਲਥ ਤੇ ਪਿੰਡੂ ਵਿਕਾਸ ਤੇ ਪੰਚਾਇਤ ਵਿੱਚੇ ਭਰਤੀ ਕਰ ਰਹੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਨਾ ਵਿਭਾਗਾਂ ਵਿੱਚ ਕਲਾਸ 2 ਤੋਂ ਲੈ ਕੇ ਕਲਾਸ 4 ਤੱਕ ਦੇ ਵੱਖ-ਵੱਖ ਅਹੁਦੇ ਖਾਲੀ ਪਏ ਨੇ ਲੋਕਾਂ ਦੇ ਆਪਣੇ ਕੰਮ ਲਈ ਇੱਕ ਤੋਂ ਵੱਧ ਵਾਰ ਚੱਕਰ ਲਗਾਉਣੇ ਪੈਂਦੇ ਨੇ ਤੇ ਕੋਈ ਮੁਲਾਜ਼ਮ ਛੁੱਟੀ ਤੇ ਹੋਣ ਤੱਕ ਕਈ ਦਿਨ ਤੱਕ ਸੰਬੰਧਿਤ ਫਾਈਲ ਦਾ ਕੰਮ ਲਟਕਦਾ ਰਹਿੰਦਾ ਹੈ ਇਸਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਿੰਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬੀ ਲਿਯੂਐਸਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ